ਗੁੱਲੀ ਵਰਗੇ, ਸੋਮੇ ਵਰਗੇ, ਅੰਗਰੇਜ਼ ਵਰਗੇ, ਸੁੱਖੇ ਵਰਗੇ, ਨਾਲ ਨਾਗਰੇ ਵਾਲਾ ਜਾਦੂਗਰ, ਦੂਜੇ ਪਾਸੇ ਟੀਮ ਖੁਰਦੀ ਦੀ ਅਵਰੇ, ਭੀਮ ਵਰਗੇ ਆ ਗਏ, ਰਾਹੁਲ ਵਰਗੇ ਉੱਧਰ ਨਾਲ ਆਸਿਮ ਦੁੱਲ, ਟੌਪ ਦਾ ਮੈਚ ਆ ਪਹਿਲਾਂ ਆਨੰਦਗੜ੍ਹ ਦੀ ਵੱਡੀ ਟੀਮ ਹਰਾਈ ਆ ਖੁਰਦੀ ਨੇ, ਬੜਸੀਕਰੀ ਕੁਆਟਰ ਫਾਈਨਲ 'ਚ ਅਵਰੇ। ਕ੍ਰਿਸ਼ ਜੀ ਪਹਿਲਾ ਸਕੋਰ ਖੁਰਦੀ ਦੇਸੇ ਜੀ। ਹੈਲੋ, ਲੈ ਵੀ ਆਓ ਜੀ, ਟਾਈਆਂ ਕੱਢਣ ਲੱਗਿਆ ਕੁਆਟਰ ਦੀਆਂ। ਬਾਰੇ ਕਾ ਨਹੀਂ ਆਈ ਵੀਰੇ, ਬਾਰੇ ਕਾ ਟੀਮ ਨਹੀਂ ਆਈ ਜਸਕਰਨ ਬਾਈ। ਆ ਗਏ ਜੀ ਮੁੰਡੇ ਵੀਰ, ਜੇਤੂ ਟੀਮਾਂ ਦਾ ਇੱਕ ਇੱਕ ਖਿਡਾਰੀ, ਚੈਨੇਵਾਲ, ਰਾਏਕੋਟ, ਰਾਏਸਰ, ਰੱਬੋਂ, ਬੜਸੀਗਰੀ, ਮਨਸਾ, ਜੱਸਾ ਕਵਾਟਰ ਦੇ ਵੀਰੇ, ਕਵਾਟਰ ਦਾ ਜੀ। ਕੀ ਜਿਹੜੇ ਮੈਚ ਆਪਣੇ ਕੋਲ ਚੱਲ ਰਹੇ ਨੇ, ਸੋ ਟਾਈਆਂ ਦੀ ਤਿਆਰੀ ਹੈ ਜੀ ਬਾਈ ਜੀ। ਲਾਸਟ ਕਾਲ ਆ, ਫਿਰ ਬਾਅਦ ਚ ਨਾ ਤਲਾਜ ਕਰਿਓ ਜੀ। ਚੈਨੇਵਾਲ, ਰਾਏਕੋਟ, ਰਾਏਸਰ, ਰੱਬੋਂ, ਬੜਸੀਗਰੀ, ਮਾਨਸਾ ਤੇ ਦੋ ਜਿਹੜੇ ਮੈਚ ਚੱਲ ਰਹੇ ਆ। ਵੀਰੇ ਦੋ ਨੰਬਰ ਗਰਾਊਂਡ ਵਿਹਲਾ, ਜਲਦੀ ਨਾਲ ਟੀਮਾਂ ਆਓ ਜੀ, ਮਾਨਸਾ ਤੇ ਰੱਬੋ। ਮਾਨਸਾ ਤੇ ਰੱਬੋ ਦੀਆਂ ਟੀਮਾਂ ਦੋ ਨੰਬਰ ਗਰਾਊਂਡ ਦੇ ਵਿੱਚ ਆਓ ਜੀ, ਮਾਨਸਾ ਤੇ ਰੱਬੋ। ਹਾਂਜੀ ਹਾਂਜੀ, ਸਰਬਾ ਕਲੇਅਰ, ਕੀ ਵਾਲਾ ਸਰਬੇ, ਗੰਗੋਰ ਵਾਲਾ ਯਾਰ ਆਪਣਾ ਸਰਬਾ ਵੀ ਲਾਈ ਜੁੜ ਗਿਆ, ਬਹੁਤ ਸਵਾਗਤ ਆ ਸਰਬਾ ਕਲੇਅਰ। ਸਾਰੀਆਂ ਟੀਮਾਂ ਨੂੰ ਖੁੱਲ੍ਹੇ ਸੱਦੇ ਦਿੰਦਾ ਭਰਾ ਆਪਣਾ, 13 ਤਰੀਕ ਨੂੰ, 13 ਫਰਵਰੀ ਨੂੰ ਦੋ ਪਲੇਅਰ ਬਾਹਰੋਂ ਦਾ ਵੱਡਾ ਮੇਲਾ। ਸਾਰੇ ਦਰਸ਼ਕ ਵੀਰਾਂ ਨੇ ਵੀ ਵੱਧ ਤੋਂ ਵੱਧ ਪਹੁੰਚਣਾ ਆਪਣੇ ਭਰਾਵਾਂ ਦੇ ਪਿੰਡ ਗੰਗੋਰਾ। ਸਰਬਾ ਲਾਈਵ ਆ ਭਰਾ ਆਪਣਾ, ਬਹੁਤ ਸਵਾਗਤ ਆ ਸਰਬੇ ਜੀ। ਲੱਗ ਗਿਆ ਤੇਰਾ ਕਮੈਂਟ, ਅੱਜ ਆਇਆ ਸਰਬੇ ਮੇਰੇ ਕੋਲੇ ਬਈ। ਬਹੁਤ ਤਕੜਾ ਮੈਚ ਆ, ਕੈਮਰੇ ਸਾਹਮਣੇ ਅੰਗਰੇਜ਼ ਬਲਵੈੜੀ, ਦੂਜੇ ਪਾਸੇ ਰਾਹੁਲ ਖੁਰਦੀ ਦੀ ਟੀਮ ਰੇ। ਟਾਈਆਂ ਬੁਲਾਉਣੇ ਆ ਵੀਰੇ, ਕਿਵੇਂ ਆ ਟਾਈਆਂ ਬੁਲਾਉਣੇ ਆ ਜੀ ਵੇ। ਸੱਤਾ ਹਰ ਗਿਆ ਨਿੰਦੀ ਰਵਾਣਾ ਬਾਈ ਜੀ, ਸੱਤਾ ਹਰ ਗਿਆ ਜੀ ਖੁਰਦੀ ਨੂੰ ਰੇ। ਉਹ ਜਿਹੜੀ ਪਰਲੇ ਪਾਸੇ ਖੁਰਦੀ ਖੇਡੀ ਜਾਂਦੀ, ਸੱਤਾ ਇਹਨਾਂ ਨੂੰ ਹਰ ਗਿਆ ਜੀ ਵੀਰੇ। ਸ਼ੁਰੂਆਤ ਕਰਾਂਗੇ ਆਪਾਂ, ਜੋਧਪੁਰੀਆ ਨਹੀਂ ਹੈ ਜੀ, ਕਿਵੇਂ ਆ ਟਾਈਆਂ ਕਰਨੇ ਟਾਈਆਂ। ਲੈ ਵੀ ਆਓ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ, ਮਾਨਸਾ ਤੇ ਰੱਬੋ ਦੀਆਂ ਟੀਮਾਂ ਗਰਾਊਂਡ ਨੰਬਰ 2 ਦੇ ਵਿੱਚ ਆਓ ਜੀ। ਲੈ ਉੱਧਰ ਝੰਬਟ ਵਾਲੇ ਭਰਾ ਸਾਡੇ ਆਏ, ਬਹੁਤ ਵੱਡਾ ਧੰਨਵਾਦ ਹੈ ਬਾਬੇ ਵਰਗੇ ਪਵਨ, ਬਹੁਤ ਵੱਡਾ ਧੰਨਵਾਦ ਹੈ। ਚਾਰ ਫਰਵਰੀ ਹੋਣੀ ਹੈ ਤੇ 5 ਤਰੀਕ ਨੂੰ ਬਜਰੀ ਕਬੱਡੀ ਦੇ ਜਿਹੜੇ ਮੈਚ ਕਰਵਾਏ ਜਾਣਗੇ, 5 ਤੇ 6 ਤਰੀਕ।
ਲੈ ਵੀ ਆਓ ਜਲਦੀ ਦੇ ਨਾਲ। ਬੜਾ ਚੋਟੀ ਦਾ ਮੈਚ ਆ, ਨਾਲ ਹੀ ਜਿਹੜੀਆਂ ਕੁਆਟਰ ਦੀਆਂ ਟਾਈਆਂ ਨਿਕਲੀਆਂ, ਬੜੇ ਤਗੜੇ ਮੈਚ ਹੈ। ਮੈਂਡੀ ਸ਼ਰਮਾ ਕਲੱਬ ਚੈਨੇਵਾਲ ਦੀ ਟੀਮ ਦਾ ਮੈਚ ਜਿਹੜਾ ਰਾਏਸਰ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ। ਇਹ ਵੀ ਟੀਮਾਂ ਦੇ ਖਿਡਾਰੀ ਇਸ ਤੋਂ ਬਾਅਦ ਵੀਰੇ ਗਰਾਊਂਡ ਨੰਬਰ 1 ਦੇ ਵਿੱਚ ਆ ਜਾਣਗੇ ਜੀ। ਅਗਲਾ ਮੈਚ ਰੈਸਰ ਤੇ ਚੈਣੇਵਾਲ ਵੀਰੇ ਕਲੱਬ ਚੈਣੇਵਾਲ ਪੈਣਗੇ ਪਟਾਕੇ। ਅਗਲਾ ਮੈਚ ਰੈਸਰ ਤੇ ਚੈਣੇਵਾਲ ਵੀਰੇ ਗਰਾਊਂਡ ਨੰਬਰ 1 ਤੇ ਖੇਡਿਆ ਜਾਣਾ ਹੈ। ਪਟਾਕੇ ਪੈਣਗੇ ਅਗਲੇ ਮੈਚ ਰੈਸਰ ਤੇ ਚੈਣੇਵਾਲ ਦੇ ਪਟਾਕੇ। ਅਗਲਾ ਮੈਚ ਵੀਰੇ ਰੱਬੋ ਦੀਆਂ ਟੀਮਾਂ ਐਂਡ ਮੈਚ ਨਿਕਲਿਆ ਐਂਡ ਵੀਰੇ ਚਾਂਦਰ ਦਾ ਮੈਚ ਰੈਸਰ ਤੇ ਚੈਣੇਵਾਲ। ਅਗਲਾ ਮੈਚ ਵੀਰੇ ਜੱਸੇ ਤੇ ਜੌਂਟੀ ਦੀ ਟੱਕਰ। ਅਗਲਾ ਮੈਚ ਟਿਕਾਣੇ ਜੱਟ ਆਉਣਗੇ ਆਉਣਾ ਵੀਰੇ 1 ਨੰਬਰ ਗਰਾਊਂਡ ਆ ਜੀ ਚੈਣੇਵਾਲ ਤੇ ਰੈਸਰ ਦਾ। ਅਗਲਾ ਮੈਚ ਬਈ ਪੂਰੀ ਕਰਨੀ ਆ ਮੈਚ ਵੀਰੇ। ਖਿੱਚ ਕੇ ਰੱਖਿਓ ਕੰਮ ਥੋੜਾ ਜਿਹਾ ਰੈਸਰ ਤੇ ਚੈਣੇਵਾਲ। ਦਿਲਸਾਦ ਨਵਾਬ ਸਰਬਾ ਲਾਈਵ ਹੈ ਗੰਗੋਰਾ ਦਾ ਟੂਰਨਾਮੈਂਟ ਬੁਲਾਈ ਲੋਟੀ ਬੋਪਰ ਆਇਆ ਭਰਾ ਸਾਡਾ ਕੈਨੇਡਾ। ਲੈ ਤੇਰੇ ਯਾਰ ਨੂੰ ਵੀ ਸੁਨੇਹਾ ਲਾਤਾ ਮੈਂ ਸਰਬੇ ਪਾਪੀ ਕੈਨੇਡਾ ਤੇ ਨਾਲ ਹੀ ਚੰਨੀ ਬੋਪਰ ਆਏ ਜਗਦੀਪ ਸਿੰਘ ਜੀ ਭੱਟੋ ਚੀਤਾ ਖਜਨਾਵਰ ਨਹੀਂ ਆਇਆ ਵੇ। ਅਗਲਾ ਮੈਚ ਰੈਸਰ ਤੇ ਚੈਣੇਵਾਲ ਬਈ। ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਗਰਾਊਂਡ ਨਾਲ ਜੁੜਨ ਦੇ ਬਾਈ ਸਾਡੇ ਲੋਟੀ ਬੋਪਰ ਹੈ ਕੈਨੇਡਾ ਪਾਪੀ ਚੰਨੀ ਬੋਪਰ ਹੈ ਜਗਦੀਪ ਸਿੰਘ ਪਟਾਕੇ ਬੜੇ ਪੈਣੇ ਅਗਲੇ ਮੈਚ ਵੀਰੇ ਖੁਰਦੀ ਚ ਟੈਕਸ ਹੈਗਾ। ਅਸੀਮ ਦੁੱਲ ਆ ਵੀਰੇ ਖੁਰਦੀ ਚ ਅਸੀਮ ਦੁੱਲ ਖੁਰਦੀ ਤੇ ਮਰਦੈਣੀ ਲੈ ਵੀ ਆਓ ਮੇਰਾ ਵੀਰ ਬਣ ਕੇ। ਅਗਲਾ ਮੈਚ ਚੈਣੇਵਾਲ ਮਾਨਸਾ ਦੀ ਆ ਗਈ ਕਿ ਨਹੀਂ ਵੀਰੇ ਮੈਚ ਕਰੋ ਸ਼ੁਰੂ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ ਮਾਨਸਾ ਤੇ ਰੱਬੋ ਸਿਰਫ 1 ਮਿੰਟ ਚੈਣੇਵਾਲ ਦੇ ਰੈਸਰ ਦੇ ਪਟਾਕੇ ਕਿਹੜੇ ਕਿਹੜੇ ਵੇਖਣੇ ਆ ਬਾਈ ਗਰਾਊਂਡ ਨੰਬਰ ਦੱਸਿਓ ਗਰਾਊਂਡ ਅੱਗ ਭੇਜ ਕੇ। ਇਹ ਮੈਚ ਆ ਕੈਮਰੇ ਸਾਹਮਣੇ ਮਰਦੈੜੀ ਟੌਪ ਦਾ ਮੈਚ ਆ ਦੂਜੇ ਪਾਸੇ ਖੁਰਦੀ ਦੀ ਟੀਮ ਆ ਵੀਰੇ। ਲੈ ਵੀ ਆਓ ਮੇਰਾ ਵੀਰ ਬਰਸੀਕਰੀ ਦਾ ਮੈਚ ਕਰਦੇ ਆ ਪਤਾ ਕਿਹਦੇ ਨਾਲ ਆ ਕਾਲਾ ਗੱਲ ਜੀ ਵੇਟ ਆਓ ਜੀ ਜਲਦੀ ਦੇ ਨਾਲ ਬਰਸੀਕਰੀ ਦਾ ਕਰਦੇ ਆ ਪਤਾ ਵੀਰੇ ਔਰ ਨਾਲ ਹੀ ਵੀਰੇ ਟੀਮਾਂ ਆ ਗਈ ਤਿਆਰ ਰਹਿਣਗੀਆਂ ਜੀ। ਸਕੋਰ ਰਾਏਕੋਟ ਦਾ ਮੈਚ ਜਿਹੜਾ ਸਕੋਰ ਕਰਦੇ ਆ ਪਤਾ ਵੀਰੇ ਟੀਮ ਦੇ ਨਾਲ ਰਾਏਕੋਟ ਤੇ ਬਰਸੀਕਰੀ ਦਾ ਮੈਚ ਆ ਵੀਰੇ ਬਾਅਦ ਤਿਆਰੀ ਰੱਖਣਗੀਆਂ ਜੀ ਰਾਏਕੋਟ ਤੇ ਬਰਸੀਕਰੀ। ਰਾਏਕੋਟ ਤੇ ਬਰਸੀਕਰੀ ਦੀ ਟੱਕਰ ਹੋਣੀ ਆ ਦੋਨੋਂ ਮੈਚ ਤਕੜੇ ਆ ਵੀਰੇ। ਚੈਣੇਵਾਲ ਤੇ ਰੈਸਰ ਦੇ ਪਟਾਕੇ ਆਏ ਆਪਣੇ ਗਰਾਊਂਡ ਨੂੰ ਵੀਰੇ ਦਿਖਾਵਾਂਗੇ ਜੀ ਚੈਣੇਵਾਲ ਤੇ ਰੈਸਰ। ਲੈ ਵੀ ਆਓ ਮੇਰਾ ਵੀਰ ਬਣ ਕੇ ਆ ਮੈਚ ਤੋਂ ਬਾਅਦ ਲਾਈਵ ਕੱਟ ਕੇ ਵੱਡੀ ਗਿਣਤੀ ਜਾਗ ਆਉਣ ਲੱਗ ਗਈ ਕਹਿੰਦੇ ਸਹੀ ਹੈ ਦੀਪ ਲਹਾਣ ਵੀਰੇ ਐਂਡ ਕਰਾ ਦੇਣਾ ਐਂਡ ਆਪਾਂ ਤੁਹਾਡੇ ਵਰਗੇ ਭਰਾਵਾਂ ਦੀ ਸਪੋਰਟ ਨਾਲ। ਹਾਂਜੀ ਹਾਂਜੀ ਰੈਸਰ ਚ ਰਵੀ ਆ ਵੀਰੇ ਚੈਣੇਵਾਲ ਚ ਜੌਂਟੀ ਆ ਐਂਡ ਮੈਚ ਹੀ ਲੱਗਣਾ ਮਾਨਸਾ ਦੀ ਟੀਮ ਆ ਗਈ ਕਿ ਨਹੀਂ ਸਕੋਰ ਕਿੰਨੇ ਆ ਤਰਨੇ ਨਾਲ ਹੀ ਸਾਡੇ ਜਿੰਨੇ ਵੀ ਐਨਆਰ ਦੇ ਵੀਰ ਜਿਹੜੇ ਭਰਾਵਾਂ ਨੇ ਸਾਨੂੰ ਸਾਥ ਦਿੱਤਾ ਅੱਜ ਦੇ ਵੱਡੇ ਕੱਪ ਦੇ ਲਈ 5-3 ਸਕੋਰ ਆ ਜੀ 5-3 ਵੀਰੇ 5 ਮਰਦੈੜੀ 3 ਖੁਰਦੀ ਇਸ ਤੋਂ ਬਾਅਦ ਬੜਾ ਤਗੜਾ ਮੈਚ ਹੈ। ਇੱਕ ਕਹਿ ਦਈਏ ਵੀ ਫਾਈਨਲ ਤੋਂ ਪਹਿਲਾਂ ਦਾ ਜਾਂਕੀ ਆ ਜੰਗ ਮੈਚ ਕਾਲਾ ਮੈਚ ਵੀ ਜਾਂਕੀ ਆ। ਔਰ ਦੂਜੇ ਪਾਸੇ ਰਾਏਸਰ ਵਾਲੇ ਮੁੰਡੇ ਅੱਜ ਕਹਿੰਦੇ ਟਾਪ ਦਾ ਸੈੱਟ ਬਣਾ ਕੇ ਲੈ ਕੇ ਆਏ ਹੈ ਮਾਨਸਾ ਦੇ ਰੱਬੋ ਦੀਆਂ ਟੀਮਾਂ। ਇਹ ਵੀ ਮੈਚ ਸ਼ੁਰੂ ਕਰ ਲਓ ਮੇਰਾ ਵੀਰ ਜਲਦੀ ਦੇ ਨਾਲ। ਓਏ ਬਾਲ ਓਏ ਆਸਿਮ ਯਾਰ ਇਹ ਆ ਆਸਿਮ ਦੁੱਲ ਜੌਂਟੀ ਤੇ ਜੱਸੇ ਦੀ ਟੱਕਰ ਹੋਣੀ ਹੈ ਸਹੀ ਆ ਜਸਕਰਨ ਡਟੋਗਲ ਬਾਈ ਖੱਬਾ ਡਟੋਗਲ ਥਾਪੀਆਂ ਫੁੱਲ ਵੱਜਣੀਆਂ ਮੈਚ ਕੋਈ ਸ਼ੱਕ ਨਹੀਂ। ਅਗਲਾ ਮੈਚ ਰੈਸਰ ਤੇ ਚੈਣੇਵਾਲ ਦੇ ਪਟਾਕੇ ਜੱਸੇ ਤੇ ਜੌਂਟੀ ਟੱਕਰ ਦਿਖਾਵਾਂਗੇ ਜੀ ਰਵੀ ਦੀ ਟੱਕਰ ਦਿਖਾਵਾਂਗੇ ਆਪਾਂ ਪਰਮ ਚੈਣੇਵਾਲ ਨਾਲ ਬਾਈ ਕਿਉਂ ਰਵੀ ਬਾਈ ਹਿੱਟੋ
ਅਭੀ ਤੋਂ ਬਰਾਬਰ ਹੈ, ਪੰਜ ਪੰਜ ਚਾਰ ਪੰਜ ਇੱਥੇ। ਹਾਂ ਬਾਬਾ ਕੌੜਾ ਨਹੀਂ ਆਇਆ ਵੀਰੇ। ਸਤਿ ਸ਼੍ਰੀ ਅਕਾਲ ਜੀ ਕਨਵਰਪਾਲ ਜਾਖਰ ਜੀ, ਸਤਿ ਸ਼੍ਰੀ ਅਕਾਲ ਛੋਟੂ ਮਾਜਰਾ ਆਇਆ ਵੀਰੇ ਬਣਫਿਕਰੀ ਚ। ਸਨਮਾਨ ਹੈ ਵਹਾਂ ਆਪਕਾ। ਐਸੇ ਨਹੀਂ ਕੋਈ ਚੱਕਰ, ਚੀਤਾ ਖਜਨਾਵਰ ਨਹੀਂ ਆਇਆ ਵੀਰੇ। ਕਿੰਨਿਆਂ ਗੁੱਲੀ ਸਕੋਰ ਬਾਈ? 5-3 ਸਕੋਰ ਆ ਜੀ, 5 ਮਰਦੈੜੀ 3 ਖੁਰਦੀ। ਬੜਸੀਕਰੀ ਦਾ ਮੈਚ ਵੀਰੇ ਹੈਗਾ ਜੀ, ਰੈਕੋਡ ਨਾਲ ਨਿਕਲਿਆ ਵੀਰੇ। ਅਗਲਾ ਮੈਂ ਰੈਸਰ ਅਤੇ ਚੈਣੇ ਵਾਲ ਲਾਉਣਾ ਜੀ। ਸ਼ੇਰੂ ਢਾਬਾ ਨਹੀਂ ਆਇਆ ਜੀ, ਰੈਸਰ ਅਤੇ ਚੈਣੇ ਵਾਲ ਨੈਕਸਟ ਮੈਚ ਵੀਰੇ। ਰਵੀ ਜੱਸੇ ਦੀ ਟੱਕਰ ਹੋਣੀ ਹੈ ਜੌਂਟੀ ਭਰਮ ਨਾਲ। ਧੁੰਦ ਤਾਂ ਨਹੀਂ ਆਉਂਦੀ ਰਵੀ, ਪਿੱਛੇ ਹੈ ਨਹੀਂ ਨਾ ਧੁੰਦ, ਅਜੇ ਕਲੀਅਰ ਆ ਕੰਮ ਹੋਣਾ ਅਭੀ ਤੋਂ। ਠੀਕ ਅਭੀ ਤੋਂ ਠੀਕ। ਸੱਤਾ ਹਰ ਗਿਆ ਵੀਰੇ, ਹਰ ਗਿਆ ਜੀ। ਯੂਪੀ ਸ਼ਾਸਤਰੀ ਨਹੀਂ ਆਇਆ ਜੀ, ਯੂਪੀ ਸ਼ਾਸਤਰੀ ਨਹੀਂ ਆਇਆ ਵੀਰੇ। ਅਗਲਾ ਮੈਚ ਰੈਸਰ ਅਤੇ ਚਹਿਣੇ ਵਾਲ ਦੇ ਪਟਾਕੇ ਵੀਰੇ, ਇਹ ਪਟਾਕੇ ਆ ਜੀ ਮਰਦੈੜੀ ਅਤੇ ਖੁਰਦੀ ਦੇ। ਆ ਮੈਚ ਤੋਂ ਬਾਅਦ ਲਾਈਵ ਕੱਟ ਕੇ ਚਲਾਵਾਂਗੇ ਵੀਰੇ। ਜੱਸਾ ਰਵੀ ਜੌਂਟੀ ਪਰ ਮਰਗਿਆਂ ਦੇ ਪਟਾਕੇ ਦੇਖਣ ਨੂੰ ਮਿਲਣਗੇ ਅਗਲੇ ਮੈਚ। 2 'ਤੇ ਲਾਈਵ ਵਾਲੀਬਾਲ 21-0-0-1 ਵਾਲਾ ਜੀ, 3 'ਤੇ ਮਾਲਵੇ ਵਾਲਾ ਲਾਈਵ ਆ ਵੀਰੇ। 3 ਗਰਾਊਂਡ 3 'ਤੇ ਲਾਈਵ ਚੱਲੀ ਜਾਂਦਾ ਜੀ। ਕੋਚ ਜੋਧਪੁਰੀਆ ਨਹੀਂ ਆਇਆ ਵੀਰੇ। ਖਾਲਸਾ ਜੀ ਪਿਆ ਦੋ ਚਾਹ, ਮਾੜਾ ਜਿਹਾ ਹੋਲੀ ਕਰਮਾ ਅਗਲੇ ਮੈਚ ਨੂੰ। ਫੋਨ ਗਰੀਬ ਬੰਦੇ ਦਾ ਫੋਨ ਵੀ ਟੁੱਟਾ ਹੋਇਆ ਬਾਈ, ਕਿਆ ਕਰੇ। ਨਹੀਂ ਨਿਆ ਤੂੰ ਇਹ ਲਿਆ, ਇਹ ਸੈਮਸੰਗ ਵਾਲਾ ਪਰਸਨ ਲਓ ਜੀ, ਕੀ ਫੋਨ ਸਰ ਇਹ ਲੈ ਲਿਆ ਨੋਡ। ਅਗਲਾ ਮੈਚ ਰੈਸਰ ਤੇ ਚੈਣੇ ਵਾਲ ਕਸ਼ਮੀਰ ਜਾਊਗਾ ਜੀ, ਰੈਸਰ ਤੇ ਚੈਣੇ ਵਾਲ ਔਰ 2 ਨੰਬਰ ਗਰਾਊਂਡ ਦੇ ਵਿੱਚ ਰਾਏਕੋਟ ਤੇ ਅਗਲਾ ਮੈਚ ਰੈਸਰ ਤੇ ਚੈਣੇ ਵਾਲ ਕੁਆਟਰ ਜਸਵੀਰ ਪਿੰਡ ਹੋ ਜਾਣਗੇ। ਇਸ ਤੋਂ ਬਾਅਦ ਜੀ ਰਾਏਕੋਟ ਖਿੱਚ ਕੇ ਰੱਖਿਓ ਕੰਮ ਜਸਵੀਰ, ਅੱਜ ਰਾਏਸਰ ਦੇ ਚੈਣੇ ਵਾਲ ਮੈਂਡੀ ਸ਼ਰਮਾ ਕਲੱਬ ਇੱਕ ਵੱਡਾ ਮੈਚ ਖੇਡਿਆ ਜਾਊਗਾ। ਆ ਵੀ ਮੈਚ ਬੜਾ ਤਗੜਾ ਹੈ, ਮਰਦੈਣੀ ਪਿੰਡ ਦਾ ਕਹਿੰਦੇ ਅੰਗਰੇਜ਼ ਆਇਆ ਹੋਇਆ ਹੈ ਔਰ ਨਾਲ ਦੁਨੀਆ ਜਾਦੂਗਰ ਕਹਿੰਦੀਆਂ ਨਾਗਰੇ ਪਿੰਡ ਦੇ ਪਿਰਥੀ। ਐਂਡ ਮੈਚ ਹੋਣਾ, ਐਂਡ ਕੁਆਟਰ ਸਾਰੇ ਹੀ ਤਗੜੇ ਲੱਗਣੇ ਵੀਰੇ, ਜਿਹੜਾ ਖੇਡ ਆਪਣੇ ਵਾਲੇ ਗਰਾਊਂਡ ਨੂੰ ਆਉਣਾ ਰੈਸਰ ਤੇ ਚੈਣੇ ਵਾਲ ਵੀਰੇ। ਅਰਸ ਚਹਿਲ ਸਕੋਰ ਵੀਰੇ ਦੱਸਦੇ ਆ ਵੇਟ। ਦੋ 'ਤੇ ਲਾਈਵ, ਮੈਂ ਕਹਿੰਦਾ ਉਹਨੇ ਨਾਂ ਬਦਲਤਾ ਨਾ ਵਾਲੀਬਾਲ 21-0-0-1 ਵਾਲੇ ਟਾਈਮ ਕਰਦੇ ਆ ਪਤਾ ਵੀਰੇ 2 'ਤੇ ਉਹਦਾ ਕੀ ਨਾਮ ਮੁੰਡੇ ਦਾ, ਪਹਿਲਾਂ ਵਾਲੀਬਾਲ 21-0-0-1 ਸੀ ਉਹਦਾ ਵੀਰੇ, ਹੁਣ ਕੀ ਨਾਂ ਰੱਖਿਆ ਉਹਨੇ ਪੁੱਛਦੇ ਹਾਂ ਜੀ। ਰੈਸਰ 'ਚ ਰਵੀ ਭਾਦਰਗੜਾ ਵੀਰੇ, ਚੈਣੇ ਵਾਲ 'ਚ ਜੌਂਟੀ ਅਗਲਾ ਮੈਚ ਜੀ, ਜੱਸੇ ਵਾਲਾ ਇੱਥੇ ਹੀ ਹੋਣਾ ਬਿਲਕੁਲ। ਵਰਿੰਦਰ ਬਾਈ ਇਹ ਟੱਕਰਾਂ ਅੰਗਰੇਜ਼ ਮਰਦੈੜੀ ਪਰਸੀ ਨਾਗਰੀ ਟੱਕਰ ਹੋਈ ਜਾਂਦੀ ਆ ਵੀਰੇ ਰਾਹੁਲ ਖੁਰਦੀ ਨਾਲ। ਟਾਈਮ ਆਫ ਪੰਜਾਬ ਆ ਵੀਰੇ 2 ਨੰਬਰ 'ਤੇ ਜੀ ਕਹਿੰਦੇ। ਆਓ ਜੀ
ਨਾਲ ਹੀ ਉਹ ਦੱਸਿਓ ਮੇਰਾ ਵੀਰ ਬਣ ਕੇ ਉਧਰੋਂ ਪਰਲੇ ਪਾਸੇ ਜੀ ਮੈਚ ਨਿਬੜ ਗਿਆ ਜਾਂ ਰਹਿੰਦਾ ਹਾਲੇ ਮੇਰਾ ਵੀਰ ਉਹਦਾ ਰਿਜ਼ਲਟ ਜ਼ਰੂਰ ਦੱਸੋ ਮੇਰਾ ਵੀਰ ਬਣ ਕੇ ਵੀ ਕਿਹੜੀ ਟੀਮ ਜਿਹੜੀ ਪਰਲੇ ਪਾਸੋਂ ਜਿੱਤ ਗਈ ਅਤੇ ਜਾਣ ਲਈ ਕੌਣ ਜਿੱਤ ਗਿਆ ਜੀ ਦੱਸੋ ਮੇਰਾ ਵੀਰ ਹਾਂਜੀ ਹਾਂਜੀ ਦੱਸਿਆ ਵਾਲਾ ਇੱਥੇ ਹੋਣਾ ਵੀਰੇ ਇੱਕ ਨੰਬਰ ਗਰਾਊਂਡ ਆ ਜੀ ਦੱਸਿਆ ਵਾਲਾ ਮੈਚ ਇੱਥੇ ਹੋਣਾ ਵੀਰੇ ਲੈ ਵੀ ਨਿਬੜ ਗਿਆ ਮੈਚ ਉਧਰੋਂ ਮੇਰਾ ਵੀਰ ਬਣ ਕੇ ਦੱਸੋ ਜੀ ਰਿਜ਼ਲਟ ਔਰ ਇਧਰਲੇ ਪਾਸੇ ਵੀ ਨੰਬਰ ਆਪਾਂ ਪੁੱਛ ਕੇ ਜ਼ਰੂਰ ਦੱਸਾਂਗੇ ਤਰਨ ਕਿੰਨੇ ਕਿੰਨੇ ਹੋ ਗਏ ਪੁਆਇੰਟ ਮੇਰਾ ਵੀਰ ਬਣ ਕੇ ਦੱਸਿਓ ਜ਼ਰੂਰ ਹਾਂਜੀ ਪੰਜ ਤੇ ਛੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਲਓ ਪੰਜ ਨੰਬਰ ਜਿਹੜੇ ਮੈਂ ਤੱਕ ਰਿਹਾ ਵੀ ਖੁਰਦੀ ਦੀ ਟੀਮ ਦੇ ਆ ਔਰ 6 ਪੁਆਇੰਟ ਜਿਹੜੇ ਮਰਦਾ ਖੇੜੀ ਦੀ ਟੀਮ ਦੇ ਆ ਸਕੋਰ ਕਰਦੇ ਆ ਬਲਾ ਵੀਰੇ ਇਹ ਵੀ ਬਰਾਬਰੀ ਦੇ ਮੈਚ ਜਿਹੜਾ ਬਿਲਕੁਲ ਬਰਾਬਰੀ ਤੇ ਆ ਸਰ ਬਟ ਲਓ ਜੀ ਜੇ ਟੱਕਰੇ ਦੇ ਹਾਂਡੀਆਂ ਨੂੰ ਹਾਂਡ ਮਿੱਤਰ ਆਓ ਭੱਜਦਿਆਂ ਨੂੰ ਇੱਕੋ ਚਿੱਕੇ ਬਾਣ ਮਿੱਤਰ ਤੇ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਸਾਜਾ ਰਾਣਾ ਸਹਾਰਨਪੁਰ ਨਹੀਂ ਆਇਆ ਜੀ ਹੈਗੀ ਆ ਧੁੰਮ ਪੈ ਗਈ ਜੰਡਾਲੀ ਦੇ ਵੱਡੇ ਕੱਪ ਦੀ ਹੈ ਅੱਜ ਕਹਿੰਦੇ ਜੰਡਾਲੀ ਦਾ ਵੱਡਾ ਕੱਪ ਹੈ ਔਰ ਰੌਣਕਾਂ ਕਹਿੰਦੇ ਵੱਡੀਆਂ ਦੇਖਾਂਗੇ ਕਿਹੜੇ ਖਿਡਾਰੀ ਉਹ ਭਾਗਾਂ ਵਾਲੇ ਹੋਣਗੇ ਜਿਹੜੇ ਜਿੱਤ ਕੇ ਜਾਣਗੇ ਸਾਡੇ NRI ਭਰਾਵਾਂ ਦਾ ਬੜਾ ਵੱਡਾ ਸਾਥ ਅੱਜ ਦੇ ਵੱਡੇ ਯੋਗਦਾਨ ਹੈ ਔਰ ਕਹਿੰਦੇ ਵੱਡੇ ਕੱਪ ਦੇ ਲਈ ਪਰ ਇੱਧਰ ਗਲਤੀ ਕਰ ਗਿਆ ਖਿਡਾਰੀ ਪੰਜ ਚਾਰ ਦੀ ਟੀਮ ਦੇ ਖਾਤੇ ਵਿੱਚ ਹੈ ਇੰਗਲੈਂਡ ਵਾਲੇ ਕਹਿੰਦੇ ਵਿੱਕੀ ਦਾ ਬਹੁਤ ਵੱਡਾ ਯੋਗਦਾਨ ਆ ਟੀਮ ਦੇ ਲਈ ਹੁੰਦਾ ਔਰ ਟੱਕਰਿਆਂ ਦੇ ਇੱਕ ਪਾਸੇ ਸਮਿਤ ਖੇਡਦਾ ਹੈ ਨਾਲ ਬੁੱਲੀ ਆ ਪੁਆਇੰਟ ਇੱਕ ਹੋਰ ਦਾ ਵਾਧਾ ਮੈਂ ਟੱਕਰਿਆਂ ਦੀ ਟੀਮ ਦੇ ਚੁੱਕਿਆ ਉਧਰ ਦੋ ਨੰਬਰ ਗਰਾਊਂਡ ਦੇ ਵਿੱਚ ਵੀ ਟੱਕਰ ਕਹਿੰਦੇ ਮਾਨਸਾਲਾ ਕਹਿੰਦੇ ਆਇਆ ਅਗਲਾ ਮੈਚ ਰੈਸਰ ਤੇ ਚੈਣਿਆਲ ਦੇ ਪਟਾਕੇ ਬਹਿਣਗੇ ਵੀਰੇ ਅਗਲਾ ਮੈਚ ਰੈਸਰ ਤੇ ਚੈਣਿਆਲ ਜੋਟੀ ਦਾ ਅਗਲਾ ਮੈਚ ਵੀਰੇ ਮੇਰੇ ਮਿੱਤਰੋ ਵੀ ਜਿਗਰਾ ਦਲੇਰ ਤੇ ਪੂਰੀ ਬਾਬੇ ਦੀ ਆ ਮੇਰ ਸ਼ੀੜੀ ਵਾ ਤੇਵੇ ਥਾਪੀ ਤੇ ਬਾਪੂ ਆਖਦਾ ਹੈ ਸ਼ੇਰ ਸੁਖੀ ਲੋਪੋ ਲਿਖੇ ਸਾਡੀ ਜਾਨ ਵਾਲੇ ਕਿਸੇ ਤੇ ਪਾਣੀ ਪੱਗ ਦੇ ਪਿਛਾਂ ਵੱਲ ਮੋੜ ਦਿੰਦੇ ਆ ਆਹ ਮਿੱਤਰ ਬਹਿਣਗੇ ਪਟਾਕੇ ਅਗਲੇ ਮੈਚ ਵੀਰੇ ਆਹ ਮੈਚ ਵੀ ਪੂਰੇ ਪਟਾਕੇ ਪਈ ਆਉਂਦੇ ਆ ਸੋਨੂੰ ਫਤਿਹਪੁਰ ਦਾ ਦੱਸਦੇ ਆ ਵੀਰੇ ਫੇਰ ਦੀ ਹਿੱਟ ਵੀ ਨਦੇੜ ਵਰਗੀ ਆ ਅਗਲਾ ਮੈਚ ਰੈਸਰ ਤੇ ਚੈਣਿਆਲ ਦੇ ਪਟਾਕੇ ਵੀਰੇ ਟੱਕਰ ਸਿਰੇ ਦੀ ਆ ਲੈ ਵੀ ਪ੍ਰਧਾਨ ਦੋ ਦਾ ਵੀ ਪੁੱਛਦਾ ਹਾਲ ਚਾਲ ਕੀ ਆ ਉਧਰਲੇ ਪਾਸੇ ਵੀ ਮੁੰਡੇ ਕਹਿੰਦੇ ਦਾਲ ਦਾ ਸਿਰ ਕੁੱਟੀ ਤੁਰੇ ਆਉਂਦੇ ਆ ਪਰ ਲੋਕਾਂ ਦੀ ਜਿਹੜੀ ਕੱਲੀ ਕੱਲੀ ਅੱਖ ਉਹ ਹੁਣ ਗਰਾਊਂਡ ਨੰਬਰ ਇੱਕ ਤੇ ਅੱਗੇ ਖੜ ਗਈ ਆ ਅਗਲਾ ਮੈਚ ਰੈਸਰ ਤੇ ਚੈਣਿਆਲ ਦੇ ਪਟਾਕੇ ਬਹਿਣਗੇ ਵੀਰੇ ਮੇਰਾ ਵੀਰ ਇੱਕ ਨੰਬਰ ਗਰਾਊਂਡ ਦੇ ਨੇੜੇ ਆ ਜਾਓ ਟੀਮਾਂ ਦੀ ਰਾਏਸਰ ਦੇ ਮੈਂਡੀ ਸ਼ਰਮਾ ਕਲੱਬ ਚੈਣੇਵਾਲ ਔਰ ਦੋ ਨੰਬਰ ਗਰਾਊਂਡ ਦੇ ਰਾਏ ਆ ਰਾਹੁਲ ਖੁਰਦੀ ਤਗੜੀ ਬਾਲ ਆ ਗਿਆ ਸਿੱਕਰੀ ਦੀ ਟੀਮ ਦੇ ਨਾਲ ਵੀ ਮੱਲ ਪੈਣ ਸਰੀਰਾਂ ਦੇ ਤੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਧੰਨ ਚੋਰ ਜਵਾਨਾਂ ਦਾ ਲੈ ਜਾਣ ਭਰਿਆ ਰੈਸਰ ਤੇ ਰਵੀ ਬਹਾਦਰਗੜ ਵੀਰੇ ਚੈਣੇਵਾਲ ਚ ਜੋਟੀ ਬਈਏਵਾਲ ਨੈਕਸਟ ਮੈਚ ਕਰ ਹੀ ਜਾਂਦੇ ਨੇ ਮਨਮਾਨੀ ਤੇ ਰਾਜੇ ਖੇਲੇ ਹੱਟ ਪਾਸੇ ਲੁੱਟੀਆਂ ਪੈਣਗੇ ਪਟਾਕੇ ਅਗਲੇ ਮੈਚ ਵੀਰੇ ਜਵਾਨੀ ਦਾ ਜੋਰ ਆ ਜਵਾਨੀ ਦੀ ਮੌਜ ਔਰ ਜਿੰਨੇ ਵੀ ਲਾਈ ਵਾਲੇ ਕੱਲੇ ਕੱਲੇ ਭਰਾਵਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗਾ ਵੱਡਾ ਧੰਨਵਾਦ ਆਈ ਹੋਈ ਸਾਰੀ ਸੰਗਤ ਆ ਜਿਹੜੇ ਭਰਾਵਾਂ ਨੇ ਅੱਜ ਜਿਹੜਾ ਰਹੇ ਭਰੀ ਜ਼ਿੰਦਗੀ ਚੋਂ ਟਾਈਮ ਕੱਢ ਕੇ ਰੌਣਕ ਗੱਡੀ ਲਾਈ ਹੋਈ ਹੈ ਜਵਾਕ ਲੈ ਕੇ ਆਵਾਂ ਜਮਾ ਹਾਂ ਤੂੰ ਚੱਕਰ ਨਾ ਮੰਨ ਕੋਚ ਨਹੀਂ ਆਇਆ ਵੀਰੇ ਕੋਚ ਨਹੀਂ ਆਇਆ ਜੀ ਅਗਲਾ ਮੈਚ ਰੈਸਰ ਤੇ ਚੈਣੇ ਵਾਲੇ ਮੈਚ ਆ ਮਰਦੈੜੀ ਤੇ ਖੁਰਦੀ ਵੀਰੇ ਮੇਰੇ ਹਿਸਾਬ ਨਾਲ 7-5 ਸਕੋਰ ਆ ਜੀ 7 ਅੰਗਰੇਜ਼ 5 ਖੁਰਦੀ
8-5 ਹੋ ਗਏ ਜੀ। ਚੈਣੇਵਾਲ ਦਾ ਅਗਲਾ ਮੈਚ ਵੀਰੇ ਰੈਸਰ ਨਾਲ ਜੀ, ਜੱਸਾ ਜੌਂਟੀ ਰਵੀ ਪਰਮ ਦੀ ਟੱਕਰ ਅਗਲੀ। ਹੈਲੋ ਲਾ ਵੀ ਕੌਣ ਜਿੱਤ ਗਿਆ ਸੀ ਪਹਿਲਾਂ 3 ਨੰਬਰ ਗਰਾਊਂਡ ਦੇ ਵਿੱਚੋਂ? ਮੇਰਾ ਭਰਾ ਬਣ ਕੇ ਜ਼ਰੂਰ ਦੱਸੋ ਜੀ। ਫਤਿਹਪੁਰ, ਠੀਕ ਹੈ ਜੀ, ਫਤਿਹਪੁਰ ਦੀ ਟੀਮ ਜਿਹੜੀ ਜੇਤੂ ਰਹੀ ਆ, ਔਰ ਅੱਗੇ ਮੈਚ ਜਿਹੜਾ ਉਹਨਾਂ ਦਾ ਮੇਰੇ ਖਿਆਲ ਇਹਨਾਂ ਚੋਂ ਜੇਤੂ ਟੀਮ ਦੇ ਨਾਲ ਖੇਡਿਆ ਜਾਣਾ ਹੈ। ਬਹੁਤ ਬਹੁਤ ਧੰਨਵਾਦ ਹੈ। ਫਤਿਹਪੁਰ ਵਾਲੇ ਮੁੰਡਿਆਂ ਨੇ ਬਹੁਤ ਲੰਬੀ ਦੂਰੀ ਤੈਅ ਕੀਤੀ ਅੱਜ ਦੇ ਵਰਲਡ ਕੱਪ ਦੇ ਲਈ, ਔਰ ਆਹ ਮੈਚ ਵੀ ਬੜੇ ਤਗੜੇ ਖੇਡੇ ਜਾ ਰਹੇ ਹੈ। ਅੱਜ ਕਹਿੰਦੇ ਜੰਡਾਲੀ ਦੀ ਧਰਤੀ ਹੈ ਤੇ ਦੂਜਾ ਜਿਹੜਾ ਵੱਡਾ ਮੇਲਾ ਖੇਡਿਆ ਜਾ ਰਿਹਾ ਹੈ ਜਲਦੀ ਦੇ ਨਾਲ ਟਾਪ ਦੇ ਮੈਚ। ਰਾਮ ਰਾਮ ਜੀ, ਰਜਕ ਚੁਗਾਨੀ ਜੀ, ਅਗਲਾ ਮੈਚ ਰੈਸਰ ਤੇ ਚੈਣੇਵਾਲ ਦੇ ਪਟਾਕੇ ਵਰੀ। ਬੜਸੀਕਰੀ ਦਾ ਮੈਚ ਰੈਕੋਰਡ ਨਾਲ ਹੋਣਾ, ਨਵਨੀਤ ਅਣਦਾਲ ਦੇ ਬੜਸੀਕਰੀ ਦੇ ਰੈਕੋਰਡ ਦਾ ਮੈਚ ਹੋਵੇਗੀ। ਬਹੁਤ ਤਗੜਾ ਮੈਚ ਜਿਹੜਾ ਆਪਾਂ ਨੂੰ ਵੇਖਣ ਨੂੰ ਮਿਲਣਾ ਹੈ ਗਰਾਊਂਡ ਨੰਬਰ 1 ਦੇ ਵਿੱਚ ਆ ਜਾਓ ਜੀ। ਉਸ ਤੋਂ ਬਾਅਦ ਰਾਏਸਰ ਔਰ ਮੈਂਡੀ ਸ਼ਰਮਾ ਕਲੱਬ ਚੈਣੇਵਾਲ, ਇੱਧਰ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਹੈ। ਔਰ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ ਖੇਡਾਂ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਹਮੇਸ਼ਾ ਜਿਹੜਾ ਵਾਲੀਬਾਲ ਦੀ ਤਰੱਕੀ ਜੇ ਇਹ ਸਾਰਾ ਕੁਝ ਹੋ ਜਾਵੇ ਤੇ ਫਿਰ ਗੱਲਾਂ ਬਾਤਾਂ ਜਿਹੜੀਆਂ ਹੋਰ ਵੀ ਟਿਕਾਣੇ ਲੱਗ ਜਾਣ। ਬਹੁਤ ਬਹੁਤ ਧੰਨਵਾਦ ਸਾਡੇ ਬਾਅਦ ਹੀ ਸਤਿਕਾਰ ਦੇ ਯੋਗ ਸਰਦਾਰ ਕੁਲਦੀਪ ਸਿੰਘ ਜੀ ਉੱਪਲ ਝਨੇਰ ਪ੍ਰਧਾਨ ਸ਼ੇਰੇ ਪੰਜਾਬ ਫੈਡਰੇਸ਼ਨ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਸਾਡੇ ਸਮੁੱਚੇ ਕਲੱਬ ਦੇ ਵੱਲੋਂ ਕੀਤਾ ਜਾਣਾ ਹੈ। ਸੋ ਜਲਦੀ ਦੇ ਨਾਲ ਇਹ ਮਾਨ ਸਨਮਾਨ ਜਿਹੜਾ ਆਪਾਂ ਕਰਾਂਗੇ। ਬਹੁਤ ਬਹੁਤ ਧੰਨਵਾਦ ਸਾਡੇ ਭਰਾ ਗੁਰਪ੍ਰੀਤ ਹੋਣਾ ਦਾ, ਸਾਰੇ ਨਗਰ ਦਾ, ਸਾਡੇ ਔਰ ਲੇਖਾ ਜੋਖਾ ਜਿਹੜਾ ਇਹਨਾਂ ਦੇ ਕੋਲ ਹੁੰਦਾ ਹਰ ਸਾਲ। ਥੋੜੇ ਨੰਬਰਾਂ ਦੀ ਖੇਡ ਬਾਕੀ ਆ ਜੀ, ਅਗਲਾ ਮੈਚ ਰੈਸਲ ਤੇ ਚੈਣੇਵਾਲ ਦੇ ਪਟਾਕੇ ਵਰੇ। ਇਧਰ ਸਾਡੇ ਲਾਈਵ ਕੱਟ ਕੇ ਚਲਾਵਾਂਗੇ, ਰੈਸਲ ਤੇ ਚੈਣੇਵਾਲ ਦਾ ਮੈਚ ਦਿਖਾਵਾਂਗੇ ਜੀ। ਉੱਪਲ ਝਨੇਰ ਸ਼ੇਰੇ ਪੰਜਾਬ ਫੈਡਰੇਸ਼ਨ, ਉਹਨਾਂ ਦਾ ਵੱਡਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ। ਸੱਜੇ ਪਾਤਸ਼ਾਹ ਪਰਮਾਤਮਾ ਤਰੱਕੀਆਂ ਬਖਸ਼ੇ ਕਲੱਬ ਵਾਲੇ ਭਰਾਵਾਂ ਦੇ ਵੱਲੋਂ ਇਹਨਾਂ ਦਾ ਇੱਥੇ ਪਹੁੰਚਣ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ। ਲੈ ਵੀ ਆਓ ਜੀ ਰਾਏਕੋਟ ਦੇ ਬੜਸਿੰਗਰੀ, ਇਹ ਮੁੰਡੇ ਬਾਈ ਜੀ ਗਰਾਊਂਡ ਨੰਬਰ 2 ਦੇ ਬਿਲਕੁਲ ਨੇੜੇ ਆ ਜਾਣ ਰਾਏਕੋਟ ਦੇ ਬੜਸਿੰਗਰੀ, ਔਰ 1 ਨੰਬਰ ਗਰਾਊਂਡ ਦੇ ਵਿੱਚ ਆ ਜਾਓ ਮੁੰਡੇ। ਉਸ ਤੋਂ ਬਾਅਦ ਰਾਏਸਰ ਦੇ ਚੈਣੇਵਾਲ, ਔਰ ਮੁੱਕ ਦੀ ਗੱਲ ਆ ਵੀ ਹੋਣਾ ਦੇ ਪਟਾਕੇ ਪੈਣ ਗਏ ਪਟਾਕੇ ਵੀਰੇ, ਐਂਡ ਮੈਚ ਲੱਗਣਾ ਜੀ, ਐਂਡ ਮੈਚ ਮੈਲੀ ਆ ਜੌਂਟੀ ਚੈਣੇਵਾਲ ਦੇ ਵੀਰੇ ਸਾਨੂੰ ਬਈਏਵਾਲ, ਅਗਲਾ ਮੈਚ ਜੌਂਟੀ ਤੇ ਜੱਸਾ ਹੀ ਟੱਕਰ ਵੀਰੇ। ਇਹ ਮੈਚ ਅੰਗਰੇਜ਼ ਮਰਦੇੜੀ ਦੀ ਲੀਡ ਆ ਜੀ, ਅੰਗਰੇਜ਼ ਮਰਦੇੜੀ ਦੀ ਲੀਡ ਚੜ ਗਈ ਵੀਰੇ ਮੈਚ ਆਉਂਦੀ। ਅਗਲਾ ਮੈਚ ਰੈਸਰ ਤੇ ਚੈਣੇਵਾਲ ਵਰੀ, ਰੈਸਰ ਚ ਰਹੀ ਚੈਣੇਵਾਲ ਜੌਂਟੀ ਬਈਏਵਾਲ, ਔਰ ਨਾਲ ਹੀ ਉਧਰ 2 ਨੰਬਰ ਗਰਾਊਂਡ ਦੇ ਵੀ ਮੈਚ ਸਿਰੇ ਦਾ ਰੱਬ
ਰੱਬੋ ਦੀ ਟੀਮ ਗੱਗ ਵਰਗਿਆਂ ਦਾ ਕਹਿੰਦੇ ਸਿੱਕਾ ਚੱਲੇ ਨਾ ਪਿੰਡਾਂ ਦੇ ਕਹਿੰਦੇ ਵੱਡੇ ਸਟਾਰ ਹਰਵਿੰਦਰ ਕੰਬੋਜ ਨਹੀਂ ਆਇਆ ਜੋਧਪੁਰੀ ਵਰੇ ਬਰੂ ਵਾਲੀ ਵੀ ਨਹੀਂ ਆਈ ਛੋਟੂ ਆਇਆ ਵਰੇ ਮਾਜਰਾ ਭਾਗੋ ਮਾਜਰਾ ਵਾਲੇ ਕਹਿੰਦੇ ਆ ਵੀ ਆਪਾਂ ਵਿਸ਼ੇਤਰ ਦੇ ਮਾਨ ਸਨਮਾਨ ਢੋਲ ਮਾਜਰੇ ਦੇ ਮੰਗੇ ਦਾ ਕਰਨਾ ਹੈ ਕਿਸੇ ਜਵਾਕ ਨੂੰ ਜੇ ਕਈ ਵੀ ਭੱਜ ਕੇ ਪਾਣੀ ਦਾ ਗਲਾਸ ਲੈ ਕੇ ਆਈ ਹੈ ਤੇ ਜਵਾਕ ਸ਼ਾਸਤਰੀ ਨੀ ਆਵਰੇ ਨਹੀਂ ਆਇਆ ਜੀ ਦੇਖੋ ਭਰਾ ਦੀ ਕਿੱਡੀ ਵੱਡੀ ਮਿਹਨਤ ਹੈ ਬਹੁਤ ਲੰਬੀ ਦੂਰੀ ਤੈਅ ਕਰਕੇ ਆਇਆ ਬਾਗੇ ਪੁਰਾਣੇ ਦੇ ਏਰੀਏ 'ਚ ਪਿੰਡ ਪੈਂਦਾ ਇਹਦਾ ਔਰ ਭਰਾ ਸਾਡਾ ਤੁਰ ਫਿਰ ਕੇ ਕੱਲੇ ਕੱਲੇ ਖਿਡਾਰੀ ਦੇ ਕੋਲ ਕੱਲੇ ਸਚਿਨ ਸਹਾਰਨਪੁਰ ਨਹੀਂ ਆਇਆ ਜੀ ਪੈ ਕੇ ਅਗਲਾ ਮੈਚ ਰੈਸਰ ਤੇ ਚੈਣੇਵਾਲ ਦੇ ਪਟਾਕੇ ਬਣ ਗਏ ਕੱਪੜੇ ਵੀ ਭਿੱਜ ਜਾਂਦੇ ਆ ਇਹ ਗੁਰੂ ਦਾ ਸਿੱਖ ਹੈ ਇਹਨੇ ਕਿਸੇ ਕੋਲੋਂ ਕੁਝ ਮੰਗਣਾ ਨਹੀਂ ਵੀਰੇ 10-20-50 ਜੋ ਵੀ ਸੰਗਤ ਦੇ ਵਿੱਚੋਂ ਮਿਲਦੇ ਤੇ ਨੇ ਚੁੱਪ ਕਰਕੇ ਲੈ ਜਾਂਦੇ ਆ ਪਟਾਕੇ ਵੀਰੇ ਪੂਰੇ ਆ ਮੈਚ ਦੀ ਤਰ੍ਹਾਂ ਆਸ ਉਮੀਦ ਆਪਣੇ ਕੋਲੇ ਲੈ ਕੇ ਆਇਆ ਮੇਰਾ ਵੀਰ ਸੋ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਾਂਗਾ ਵੀ 10-20-50 ਆਪਾਂ ਉਦਾਂ ਵੀ ਯਾਰ ਖੜੇ ਖੜੇ ਖਾ ਜਾਂਦੇ ਆ ਖਰਚ ਦਿੰਦੇ ਆ ਪਰ ਜੇਕਰ ਏਦਾਂ ਦੇ ਜਿਹੜੇ ਕੋਈ ਸਧਾਰਨ ਪਰਿਵਾਰ ਦੇ ਵਿੱਚ ਉੱਠ ਕੇ ਵੀਰ ਆਉਂਦੇ ਆ ਖੇਡਾਂ ਦੀ ਲਾਈਵ ਦੋ ਗਰਾਊਂਡ ਚੱਲਦੇ ਆ ਵੀਰੇ ਦੋਨਾਂ ਦੀ ਲਾਈਵ ਆ ਜੀ ਗੁਜ਼ਾਰੇ ਦਾ ਇੱਕ ਤੇ ਆਪਣੇ ਵਾਲਾ ਲਾਈਵ ਆ ਦੋ ਤੇ ਟਾਈਮ ਆਫ ਪੰਜਾਬ ਆ ਜੀ ਬਾਰੇ ਕਾ ਨਹੀਂ ਆ ਵੀਰੇ ਮੈਨੂੰ ਨਹੀਂ ਲੱਗਦਾ ਕੋਈ ਸੇਵਾ ਹੋ ਜਾਏਗੀ ਸੋ ਸਾਰੀ ਸੰਗਤ ਨੂੰ ਬੇਨਤੀ ਆ ਮਰਦੇੜੀ ਵਾਲਾ ਸੁੱਖਾ ਤਗੜੀ ਬਾਲ ਆ ਗਿਆ ਮਾਨ ਸਨਮਾਨ ਕਰਦੇ ਹੋ ਕੱਲੇ ਕੱਲੇ ਵੀਰ ਦਾ ਮੈਂ ਜਦੋਂ ਕਮੈਂਟਰੀ ਚੱਲਦੀ ਆ ਮੇਰੀ ਆਵਾਜ਼ ਸਹੀ ਆਉਂਦੀ ਆ ਵੀਰੇ ਇੱਕ ਵਾਰ ਉਹ ਕਮੈਂਟ ਕਰਿਓ ਜੀ ਕਹਿੰਦੇ ਅਗਲਾ ਮੈਚ ਵੀ ਆ ਮੈਚ ਦੀ ਤਰ੍ਹਾਂ ਐਂਡੀ ਲੱਗਣਾ ਰੈਸਰ ਤੇ ਚੈਣਿਆ ਮੇਰੀ ਆਵਾਜ਼ ਦੱਸਿਓ ਕਿਵੇਂ ਆਉਂਦੀ ਆ ਵੀਰੇ ਜਦੋਂ ਕਮੈਂਟਰੀ ਚੱਲਦੀ ਆ ਅੱਛਾ ਕਿੱਦਾਂ ਹੈ ਦਿਧਾਨ ਵਾਲਾ ਕਦੇ ਮੋਟਰਸਾਈਕਲ ਦੇ ਨਾਲ ਬਾਣ ਹੋਏ ਆ ਦਿਧਾਨਾ ਕਹਿੰਦੇ ਕਿੱਦਾਂ ਬੁੜੀਆਂ ਸਟਾਂਡਾਂ ਦੇ ਤੌਰ ਤੇ ਜਾਣਦੀ ਆ ਓਕੇ ਓਕੇ ਜੀ ਠੀਕ ਆ ਵੀਰੇ ਮਾਣੋ ਨੰਦ ਜੀ ਪ੍ਰਸਿੱਧੀ ਆਈ ਆ ਵੀਰੇ ਭਾਈ ਬਲਪ੍ਰੀਤ ਹੋਣਾ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰਾ ਕਿੰਦੇ ਦਾ ਕਿੱਦਾਂ ਵੀ ਆਇਆ ਪ੍ਰਿੰਸ ਗੁਰਨਾ ਆਇਆ ਬਿਲਕੁਲ ਜੀ ਲਖਵੀਰ ਜੀ ਤੇ ਉਹ ਭਰਾਵਾਂ ਦੇ ਵਿੱਚ ਕਾਰ ਪੂਰੀ ਖੜਕੂ ਅਗਲੇ ਮੈਚ ਬਈ ਖਿੱਚਦੇ ਰੱਖਿਓ ਸਾਰੇ ਯਾਰ ਦੋਸਤ ਕੰਮ ਸਪੋਰਟ ਚਾਹੀਦੀ ਆ ਸਾਰੇ ਭਰਾਵਾਂ ਦੀ ਵੀਰੇ ਦਿਧਾਨ ਤੇ ਇੱਕ ਪੌਂਡਿਆਂ ਦਾ ਸੇਮਾ ਨਿੰਮਾ ਘਨੌਰ ਨਿੰਮੇ ਕਰਿਓ ਸਪੋਰਟ ਸਾਰੇ ਭਰਾ ਸ਼ੇਅਰ ਕਰਿਓ ਵੀਰੇ ਜਦੋਂ ਮੈਚ ਚੱਲ ਪਿਆ ਵੀਰੇ ਸੇਮਾ ਇਹ ਬੰਦੇ ਦਿਲ ਲਾਈਵ ਕੱਟ ਕੇ ਕਰਾਂਗੇ ਫੇਰ ਸ਼ੇਅਰ ਕਰਿਓ ਸਾਰੇ ਵੀਰ ਉਧਰਲੇ ਪਾਸੇ ਕਹਿੰਦੇ 2 ਨੰਬਰ ਗਰਾਊਂਡ ਦੇ ਵਿੱਚ ਵੀ ਮੁੰਡੇ ਮਾਨਸਾ ਵਾਲਿਆਂ ਦਾ ਜੋਰ ਲੱਗਿਆ ਹੋਇਆ ਹੈ ਵੀ ਮੁੜਕੋ ਮੁੜਕੀ ਹੋ ਗਿਆ ਲੱਗਿਆ ਜੋਰ ਜੋਬਰਾਂ ਦਾ ਤੇ ਕੰਡਾ ਵੀ ਨਹੀਂ ਚੁੱਪ ਦਾ ਜਿਸਮ ਕਠੋਰ ਜੋਬਰਾਂ ਦਾ ਹਰ ਗਿਆ ਵੀਰੇ ਸਾਰਸਾ ਨਹੀਂ ਆਈ ਤੇ ਰਾਜੇ
ਖੇਲੇ ਮਰਦ ਅੰਗਰੇਜ਼ ਦੀ ਲੀਡ ਆ ਰਹੇ ਬਸ਼ੀਮ ਰਾਓ ਜੀ ਅੰਗਰੇਜ਼ ਦੀ ਕਾਫੀ ਲੀਡ ਆ ਜੀ 5-13 ਨਾਲ ਇਹ ਕਹਿੰਦੇ ਮਰਦਾਂ ਦੀ ਖੇਡ ਆ ਦਲੇਰਾਂ ਦੀ ਖੇਡ ਆ ਤੇ ਮੁੰਡੇ ਕਹਿੰਦੇ ਮੁੜ ਤੋਂ ਮੁੜ ਕੀ ਹੋਏ ਫਿਰ ਰਿਹਾ ਲੈ ਵੀ ਪ੍ਰਧਾਨ ਪੁੱਛਗਾ ਕਿੰਨੇ ਕਿੰਨੇ ਪੁਆਇੰਟ ਨਹੀਂ ਨਹੀਂ ਵੀਰੇ ਢੋਲ ਮਾਜਰੇ ਪਿੰਡ ਦਾ ਅਗਲਾ ਮੈਚ ਰੈਸਰ ਤੇ ਚੈਣੇ ਵਾਲ ਵੀਰੇ ਕੁਆਟਰ ਮੈਚ ਬੇਅੰਤ ਚੱਠਾ ਬਕਸੀ ਵਾਲ ਵੈਲਕਮ ਵੀਰੇ ਟਾਈਮ ਤੇ ਆਈ ਜਾਂਦੇ ਹੋ ਸਾਰੇ ਦਰਸ਼ਕ ਬਾਈ ਬਹੁਤ ਤਕੜਾ ਮੈਚ ਲੱਗਣਾ ਅਗਲਾ ਇਹ ਮੈਚ ਅੰਗਰੇਜ਼ ਦੀ ਲੀਡ ਆ ਜੀ ਇਹ ਆ ਅੰਗਰੇਜ਼ ਪਰਦੇੜੀ ਵਾਲਾ ਤਕੜੀ ਬਾਲ ਆ ਗਿਆ ਰੈਸਰ ਤੇ ਚੈਣੇ ਵਾਲਾ ਅਗਲਾ ਮੈਚ ਬੇਅੰਤ ਚੱਠਾ ਬਕਸੀ ਵਾਲਾ ਜੀ ਰੋਜ ਨਹੀਂ ਆਈ ਆਇਆ ਬਰਨਪ੍ਰੀਤ ਵੀਰੇ ਵੋਟੇ ਕਿੰਨੇ ਕਿੰਨੇ ਹੋ ਗਏ 13-6 ਹੋ ਗਏ ਜੀ 13-6 ਲੈ ਵੀ 13 ਨੰਬਰ ਹੋ ਗਿਆ ਇਧਰ ਮਰਦੈੜੀ ਦੀ ਟੀਮ ਤੇ 13 ਨੰਬਰ ਮਰਦਾ ਹੋਈ ਔਰ 6 ਨੰਬਰ ਆ ਜਿਹੜੇ ਖੁਰਦੀ ਦੀ ਟੀਮ ਦੇ ਖੁਰਦੀ ਵਾਲੇ ਮੁੰਡੇ ਵੀ ਉਹਦਾ ਮਿੰਟ ਬਹੁਤ ਕਰਦੇ ਆ ਪਰ ਖੁਰਦੀ ਵਾਲੇ ਉਹ ਕੱਲਾ ਕੱਲਾ ਕਿਲੋਮੀਟਰ ਫਿਰ ਮੁੱਕਣ ਦੇ ਵਿੱਚ ਨਹੀਂ ਆਉਣਾ ਜੇ ਕੋਈ 19-21 ਗੱਲ ਹੋ ਗਈ ਤੇ ਬੜਾ ਵੱਡਾ ਫਰਕ ਆ ਇਧਰ 13 ਨੰਬਰ ਜਿਹੜੇ ਮਰਦੈੜੀ ਦੀ ਟੀਮ ਅਗਲਾ ਮੈਚ ਐਂਡ ਗੱਲਬਾਤ ਲੱਗਣਾ ਵੀਰੇ ਐਂਡ ਗੱਲਬਾਤ ਕਹਿੰਦੇ ਗਰਵੀਰ ਸਾਡੇ ਭਰਾ ਦਾ ਰੈਸਰ ਤੇ ਚੈਣੇ ਵਾਲ ਦੇ ਪਟਾਕੇ ਹੋਣ ਗਿਆ ਪਰ ਇਧਰਲੇ ਪਾਸੇ ਮੈਂ ਦੇਖਾਂਗਾ ਵੀ ਹੁਣ ਨੰਬਰ ਕੌਣ ਜੋੜਦਾ ਆਪਣੀ ਟੀਮ ਦੇ ਲਈ ਸੇਵੀ ਵਰਗੇ ਸਾਡੀ ਜ਼ਿੰਦਗੀ ਦੇ ਬੜੇ ਪਰਮ ਮਿੱਤਰ ਦੇ ਆ ਪਰ ਰਾਹੁਲ ਆਹ ਪਾਣੀ ਮੈਨੂੰ ਹੁਣ ਸਿਰ ਤੋਂ ਲੰਘਦਾ ਲੱਗਦਾ ਤੇ ਹੋਰ ਥੋੜੀ ਵਾਪਸੀ ਤੈਨੂੰ ਕਰਨੀ ਇੱਕ ਦੋ ਨੰਬਰਾਂ ਦੀ ਖੇਡ ਬਾਕੀ ਆ ਜੀ ਪੰਗਾ ਲਈ ਇੱਕ ਦੋ ਨੰਬਰਾਂ ਦੀ ਖੇਡ ਬਾਕੀ ਵੀਰੇ ਜੰਗ ਦੇ ਨੇੜੇ ਤੇੜੇ ਆ ਜੰਗ ਦੇ ਨੇੜੇ ਤੇੜੇ ਕਿ ਰਹੀ ਹੈ ਸ਼ੇਰੂ ਨਹੀਂ ਆਇਆ ਜਿਮੀਦਾਰ ਜੱਟ ਜੀ ਤੇ ਦੂਜਾ ਲਾਈਵ ਟਾਈਮ ਆ ਪੰਜਾਬ ਆ ਵੀਰੇ ਮੁੜ ਕੇ ਹੱਥ ਆਉਂਦਾ ਨਹੀਂ ਹੈ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਹੈ ਇਹ ਕਹਿੰਦੇ ਸਿਆਣਿਆਂ ਦੇ ਤੱਤ ਕੰਢੇ ਹੋਏ ਆ ਉਧਰ ਦੋ ਤੇ ਵੀ ਪੂਰਾ ਤਕੜਾ ਮੈਚ ਪਰ ਇੱਕ ਨੰਬਰ ਗਰਾਊਂਡ ਤੇ ਕਹਿੰਦੇ ਲੀਡ ਵੱਡੀ ਆ ਨਿੱਟ ਤੇ ਸੁੱਖਾ ਖੇਡ ਅੱਗ ਪੂਰੀ ਨਿਕਲੂ ਪੂਰੀ ਅੱਗ ਵੀਰੇ ਮੈਂ ਤੱਕਰਾਂ ਬਿਨਾਂ ਤੰਦੂਰੋਂ ਨਿਕਲ ਲਿਆ ਬਿਨਾਂ ਤੰਦੂਰੋਂ ਬਾਈ ਖਿੱਚ ਕੇ ਸ਼ੇਅਰ ਕਰਿਓ ਸਾਰੇ ਵੀਰ ਲੈ ਪਾਸੇ ਖੇਡਦਾ ਜਿਹੜਾ ਹੁਣ ਲਾਈਵ ਕੱਟ ਕੇ ਚਲਾਵਾਂਗੇ ਮੈਂ ਤੋਂ ਬਾਬੇ ਆ ਰਹੀ ਹੈ ਜਿਹੜੀਆਂ ਕਹਿੰਦੇ ਵੀਡੀਓ ਬਹੁਤ ਵਾਇਰਲ ਹੁੰਦੀਆਂ ਤੇ ਇੰਟਰਵਿਊ ਇੱਕ ਦੇ ਦਿਨ ਤੱਕ ਆ ਹੀ ਲਓ ਉਹਦੀ ਵੀ ਇਹ ਗੱਲ ਜਿਹੜੀ 16 ਨੇ ਸੱਚ ਹੈ ਐਵੇਂ ਦੱਸਿਓ ਕਿੰਨੇ ਕਿੰਨੇ ਪੁਆਇੰਟ ਸੁਰੇਸ਼ ਰਾਮਕੋਟ ਨਹੀਂ ਆਇਆ ਗੁਰਸ਼ਾਨ ਇੱਕ ਵਾਰੀ ਸਟੇਜ ਤੇ ਨਹੀਂ ਆਇਆ ਵੀਰ ਗੁਰਸ਼ਾਨ ਬੜਾ ਪਿਆਰਾ ਨਾਮ ਰਾਮਕੋਟ ਨਹੀਂ ਆਈ ਵੀਰੇ ਆਦਾ ਗੁਰਸ਼ਾਨ ਜਿੱਥੇ ਵੀ ਆ ਸੋਨੇ ਵੀਰ ਅੰਦਰ ਮਨਦੀਪ ਆ ਸਾਡੀ ਜ਼ਿੰਦਗੀ ਦਾ ਮਾਣ ਹਰ ਨਾਮ ਸਾਡੇ ਗੁਰਬੀ ਤੋਂ ਉਸਤਾਦ ਹੋਣੀ ਹਾਂਜੀ ਟੂਰਨਾਮੈਂਟ ਦੇ ਲਈ ਉਹ ਵੀ ਉਹ ਚੇਤੇ ਤੌਰ ਤੇ ਆਇਆ ਭਰਾ ਉਹਨਾਂ ਵੀ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਪਹੁੰਚ ਅਗਲਾ ਮੈਚ ਰੈਸਰ ਤੇ ਚੈਣੇ ਵਾਲ ਦੇ ਪਟਾਕੇ ਵੀਰੇ ਜੌਂਟੀ ਜੱਸੇ ਰਵੀ ਪਰ ਮਰਗਾਂ ਦੀ ਟੱਕਰ ਹੋਣੀ ਆ ਨੌ 14 ਸਕੋਰ ਆਏ ਮੈਚ ਦੇ ਜੀ 9 ਖੁਰਦੀ 14 ਅੰਗਰੇਜ਼ ਮਰਦੈੜੀ ਡਾਲੀ ਸਾਹਮਣੇ ਚੌਦਾਲੀ ਦੇ ਬਾਈ ਕਵਰ ਦੀ ਪਾਉਂਦੀ ਉਹ ਵੀ ਆ ਗਏ ਆਪਣੇ ਕੋਲ ਮੈਚਾਂ ਨੂੰ ਦੇਖਣ ਦੇ ਲਈ ਸਾਰੇ ਆਪਣੇ ਮਿੱਤਰ ਆ ਸਾਰੇ ਭਰਾ ਨੇ ਆਪਣੇ ਔਰ ਬੜਾ ਵੱਡਾ ਧੰਨਵਾਦ ਹੈ ਸਿਮਰਨਜੀਤ ਮਾਨ ਵਧੀਆ ਵਧੀਆ ਸਿਮਰਨਜੀਤ ਵੀਰੇ ਕੀ ਹਾਲ ਆ ਜੀ ਸਿਮਰਨਜੀਤ ਮਾਨ
ਅਗਲਾ ਮੈਚ ਰੈਸਰ ਤੇ ਚਹਿਣੇਵਾਲ ਦੇ ਪਟਾਕੇ ਵੀਰੇ, ਜੱਸੇ ਜੌਂਟੀ ਰਵੀ ਪਰ ਮਰਗਿਆਂ ਦੀ ਅਗਲੀ ਟੱਕਰ, ਐਂਡ ਮੈਚ ਹੀ ਲੱਗਣਾ ਵੀਰੇ, ਜੰਗ ਹੀ ਆ ਮੈਚ ਕਾਹਦਾ। ਕਮੈਂਟ ਘੱਟ ਆਉਂਦੇ ਆ, ਲਾਈਵ ਕੱਟ ਕੇ ਕਰਾਂਗੇ ਆ ਮੈਚ ਤੋਂ ਬਾਅਦ ਵੀਰੇ, ਕਮੈਂਟ ਰੁਕਦੇ ਆ ਥੋੜੇ ਜੇ, ਆ ਮੈਚ ਤੋਂ ਬਾਅਦ ਲਾਈਵ ਕੱਟ ਕੇ ਅਮਨਦੀਪ ਅੱਗ ਪੂਰੀ ਨਿਕਲੂ ਪੂਰੀ ਅਮਨ ਬਾਈ, ਥੋੜਾ ਟਾਈਮ ਹੀ ਜਿਹੜਾ ਬਾਕੀ ਰਹਿੰਦਾ, ਸਮਾਂ ਬੇਨਤੀ ਕਰਦਾ ਰਾਏਸਰ ਦੇ ਮੈਂਡੀ ਸ਼ਰਮਾ ਕਲੱਬ ਚੈਣੇਵਾਲ, ਇਹ ਦੋਨੋਂ ਟੀਮਾਂ ਦੇ ਖਿਡਾਰੀ ਕਿਰਪਾ ਕਰਕੇ ਜਲਦੀ ਦੇ ਨਾਲ ਇੱਕ ਨੰਬਰ ਗਰਾਊਂਡ ਦੇ ਨੇੜੇ ਆ ਜਾਣ, ਇਹ ਵੀ ਇੱਕ ਟਾਪ ਦਾ ਮੈਚ ਖੇਡਿਆ ਜਾਊਗਾ, ਔਰ ਇੱਧਰ ਪਿਛੇਤਰ ਦੇ ਆਪਾਂ ਧੰਨਵਾਦ ਕਰਾਂਗੇ ਸਾਡੀ ਜ਼ਿੰਦਗੀ ਦਾ ਮਾਣ ਨੇ ਭਰਾ ਸਾਡੇ ਹਰਪਿੰਦਰ ਕਨੇਡਾ ਔਰ ਬਾਈ ਪ੍ਰਦੀਪ ਕਨੇਡਾ, ਇਹ ਵੀ ਸਾਡੇ ਵੀਰ ਚੇਂਜੇਦਾਰ ਦੇ ਪੁੱਜ ਰਹੇ ਆਪਣੇ ਕੋਲ, ਨਾਲ ਬਾਈ ਉਦਮ ਗਿੱਲ ਔਰ ਟੀਟਾ ਆਸਟ੍ਰੇਲੀਆ ਵਾਲਾ, ਇਹਨਾਂ ਭਰਾਵਾਂ ਨੇ ਸਾਨੂੰ ਕਹਿਣਾ ਵੀ ਪੈਸੇ ਦੀ ਕੋਈ ਚਿੰਤਾ ਨਹੀਂ ਕਰਦੀ, ਭਰਾਵਾਂ ਨੇ ਜਿਹੜਾ ਮੇਲਾ ਕਰਵਾਇਆ ਤੇ ਪਤਾ ਲੱਗਦਾ ਹੈ ਪ੍ਰਬੰਧਾਂ ਬਾਰੇ ਬੋਲਣ ਦੀ ਆਪ ਦੀ ਲੋੜ, ਪ੍ਰਬੰਧ ਤੇ ਆਪ ਮੂੰਹੋਂ ਪਏ ਬੋਲਦੇ ਆ, ਸੋ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਵੀ ਭਰਾਵਾਂ ਨੇ ਸਾਨੂੰ ਆਪਣੇ ਦਸਾਂ ਮਾਹਾਂ ਦੀ ਕਿਰਤ ਕਮਾਈ ਦੇ ਵਿੱਚ ਬਹੁਤ ਵੱਡੇ ਯੋਗਦਾਨ ਭੇਜੇ ਆ, ਔਰ ਨਾਲ ਕਹਿੰਦੇ ਜੰਡਾਲੀ ਵਾਲਾ ਵੇਸਕੀ ਵੀ ਫੈਟਾ ਫੈਟਾ ਤਲਵੰਡੀ ਵਾਲਾ ਆਇਆ ਅੱਜ ਪੂਰਾ ਫੈਟਾ ਵੀਰੇ, ਰਵੀ ਦਾ ਅਗਲਾ ਮੈਚ ਹੈ ਚੈਣੇਵਾਲ ਨਾਲ, ਅੱਗੇ ਤੋਂ ਜੰਡਾਲੀ ਜੱਸੇ ਤੇ ਰਵੀ ਦੀ ਟੱਕਰ ਹੈ ਜੌਂਟੀ ਨਾਲ ਅਗਲੀ ਵੀਰੇ, ਪਰਮ ਚੈਣੇਵਾਲ ਨਾਲ ਰਾਏਕੋਟ ਤੇ ਬੜਸੀਕਰੀ, ਇਹ ਦੋ ਨੰਬਰ ਗਰਾਊਂਡ ਦੇ ਵਿੱਚ ਆਉਂਦੀ ਰਾਏਕੋਟ ਤੇ ਬੜਸੀਕਰੀ, ਅਗਲਾ ਮੈਚ ਰੈਸਰ ਤੇ ਚੈਣੇਵਾਲ ਦਾ ਹੋਣਾ, ਅੱਗੇ ਤੋਂ ਰਵੀ ਤੇ ਜੌਂਟੀ ਦੀ ਟੱਕਰ ਵੀਰੇ, ਜੱਸੇ ਤੇ ਜੌਂਟੀ ਦੀ ਟੱਕਰ ਕਹਿ ਦੀ ਇੱਕੋ ਹੀ ਗੱਲ ਹੈ, ਵਧੀਆ ਮੈਚ ਹੈ, ਲੈ ਵੀ ਇੱਕ ਵਾਰੀ ਨੰਬਰ ਜਰੂਰ ਸਾਂਝੇ ਕਰ ਦੋ ਮੇਰਾ ਵੀਰ, ਟਰਨ ਕਿੰਨੇ ਕਿੰਨੇ ਆ, 10, 14 ਦਾ ਮੁਕਾਬਲਾ, ਲੈ ਵੀ ਜਿਹੜੀ ਟੀਮ ਆ ਗਈ ਫਿਰ ਇੱਧਰ ਗੇਟ ਵਾਲੇ ਪਾਸੇ ਇਹਨਾਂ ਦੇ 14 ਪੁਆਇੰਟ ਆ, ਔਰ ਜਿਹੜੀ ਟੀਮ ਇੱਧਰ ਖੱਬੇ ਪਾਸੇ ਖੇਡ ਰਹੀ 10 ਨੰਬਰ ਆ, ਮੁੰਡੇ ਹਰਿਆਣੇ ਚੋਂ ਆਏ ਆ, ਔਰ ਬਾਂਡ ਜਿਹੜੀ ਆਊਟ ਗਈ ਚਲੀ ਆ ਤੇ ਸਰਵ ਜਿਹੜੀ ਇੱਕ ਵਾਰ ਫਿਰ ਚੇਂਜ, 17 ਪੁਆਇੰਟਾਂ ਦੀ ਖੇਡ ਆ, ਔਰ ਉੱਧਰ 2 ਨੰਬਰ ਗਰਾਊਂਡ ਦੇ ਵਿੱਚ ਵੀ ਆ, ਇੱਕ ਪਾਸੇ 14-10 ਆ, 14-10 ਵੀਰੇ, 15-10 ਹੋ ਗਏ ਜੀ, ਤੇ 15 ਅੰਗਰੇਜ਼ 10 ਖੁਰਦੀ, ਅਗਲਾ ਮੈਚ ਰੈਸਰ ਤੇ ਚੈਣੇਵਾਲ ਦੇ ਪਟਾਕੇ ਬਈ, ਵੱਡੇ ਖਿਡਾਰੀਆਂ ਦੇ ਵਿੱਚ ਜ਼ਿਕਰ ਹੁੰਦਾ ਗੱਗ ਦਾ, ਜੰਗ 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 ਦੀ ਸ਼ੁਰੂਆਤ ਅਗਲਾ ਮੈਚ ਵੀਰੇ, ਗੱਲਾਂ ਜਿਹੜੀਆਂ ਘਰ ਘਰ ਹੋਣਗੀਆਂ, ਆਹ ਸੋਹਣਿਆ ਵੀਰਾਂ ਨੰਬਰ ਤੈਨੂੰ ਹੁਣ ਜਿਹੜੇ ਜੋੜਨੇ ਪੈਣਗੇ, ਵੀ ਲੋਰੀਆਂ ਮੋਬਾਈਲ ਤੇ ਸੁਣਾਉਣ ਵਾਲੀਆਂ ਭੁੱਲ ਜਾਣ, ਮਾਵਾਂ ਪੁੱਤ ਸ਼ੇਰ ਹੋਣਗੇ ਤੇ ਤਾਕਤਾਂ ਦੀ ਡੋਜ ਜਿਹੜੇ ਚਿੱਟਾ ਦੱਸਦੇ ਆ, ਬਈ ਢੇਰ ਹੋਣਗੇ ਤੇ ਖੇਡ ਦਾ ਮੈਦਾਨ ਸਿੱਧਾ ਕਰੇ ਫੈਸਲੇ, ਸਰਦਾਰਾਂ ਦੇ ਫਨਾਲੇ ਕੋਈ ਗ੍ਰੈਂਡ ਨਹੀਂ ਹੁੰਦੇ, ਤੇ ਪੱਗਾਂ ਦੀ ਲਾਸਟ ਪੁਆਇੰਟ ਆ ਗਿਆ ਵੀਰੇ, ਅੰਗਰੇਜ਼ ਦਾ ਲਾਸਟ ਪੁਆਇੰਟ, ਬਰਦੇੜੀ ਟੀਮ ਦਾ ਪਰਥੀ ਨਾਗਰੇ ਦਾ ਲਾਸਟ ਪੁਆਇੰਟ ਆ ਜੀ, ਸ਼ੇਰੂ ਨਹੀਂ ਆਇਆ ਵੀਰੇ, ਸੇਲ ਮਿੱਤਰ ਆਕੇ ਪੈਣਗੇ ਅੰਕਿਤ, ਲਾਈਵ ਕੱਟ ਕੇ ਚਲਾਵਾਂਗੇ ਜੀ, ਹਾਂ ਬ੍ਰਾਂਡ ਨਹੀਂ ਹੁੰਦੇ, ਬਹੁਤ ਬਹੁਤ ਧੰਨਵਾਦ ਸਰਦਾਰ ਸੁਰਿੰਦਰ ਸਿੰਘ ਜੀ, ਵੱਡਾ ਮਾਣ ਆਇਆ ਹੈ, ਲਾਈਵ ਕੱਟ ਕੇ ਚਲਾਵਾਂਗੇ ਆ ਮੈਚ ਤੋਂ ਬਾਅਦ ਵੀਰੇ, ਖਿੱਚ ਕੇ ਰੱਖਿਓ ਕੰਮ ਮਾੜਾ ਅੰਕਿਤ, ਬਹੁਤ ਬਹੁਤ ਧੰਨਵਾਦ, ਦੋ ਤੋਂ ਇੱਕ ਪਾਸੇ ਦੂਜੇ ਪਾਸੇ ਪ੍ਰਿੰਸ,
ਬੜਸਿੰਗਰੀ ਦਾ ਮੈਂ 2 ਨੰਬਰ ਗਰਾਊਂਡ ਤੇ ਆਪਣੇ ਰੈਕੋਰਡ ਨਾਲ ਜੀ ਐਨ ਪਰਮਾ ਹੈ ਚੈਨੇ ਵਾਲੀਆ ਬਾਸਾ ਜਿਲੇ ਦੇ ਬੜੀ ਨਿਮਰਤਾ ਵਾਲਾ ਖਿਡਾਰੀ ਹੈ ਕਦੇ ਉੱਚਾ ਨਹੀਂ ਮੈਂ ਬੋਲ ਨਹੀਂ ਬੋਲਦਾ ਹਾਂ ਗਰਾਊਂਡਾਂ ਦੇ ਵਿੱਚ ਚੁੱਪ ਚਾਪ ਹੀ ਰਹਿੰਦਾ ਗੱਲਾਂ ਬਾਤਾਂ ਕਦੇ ਟਿਕਾਣੇ ਜਿਹੜੀਆਂ ਲੱਗਣਗੀਆਂ ਅਗਲੇ ਮੈਚਾਂ ਦੀਆਂ ਵੀ ਦੋ ਤੇ ਆ ਜੋ ਜੀ ਬਰਸਿੰਗਰੀ ਤੇ ਰਾਜਕੋਟ ਵਾਲੇ ਮੁੰਡੇ ਤੇ ਇੱਕ ਤੇ ਚੈਨਿਆਲ ਤੇ ਨਾਲ ਮੈਂ ਬੇਨਤੀ ਕਰਦਾ ਟੀਮ ਹੈ ਜਿਹੜੀ ਉਹ ਜਲਦੀ ਨਾਲ ਆਵੇਗੀ ਵੀਰੇ ਰਾਏਸਰ ਦੀ ਉਹ ਫਤਿਹਪੁਰੀ ਆ ਕਹਿੰਦੇ ਛੋਟੂ ਵੀ ਆ ਹੋਇਆ ਗੱਲਾਂ ਕਹਿੰਦੇ ਹੁੰਦੀਆਂ ਨੇ ਬੜੇ ਟਾਪ ਦੇ ਮੈਚ ਜਿਹੜੇ ਖੇਡੇ ਜਾਣੇ ਆ ਗੱਲਾਂ ਕਹਿੰਦੇ ਟਿਕਾਣੇ ਆ ਸਰਵਿਸ ਕਹਿੰਦੇ ਗੁੱਲੀ ਕਰ ਗਿਆ ਹਾਂ ਮਰਧਾੜੀ ਵਾਲਾ ਉਧਰ ਵੀ ਰੱਬੋ ਵਾਲੇ ਆਏ ਹੋਏ ਆ ਗੱਲਾਂ ਜੀ ਵੀਰੇ ਅੰਗਰੇਜ਼ ਜਿੱਤ ਗਿਆ ਚੱਲਦੇ ਮੈਚ ਉਹਦੀ ਮਰਵੈਣੀ ਜਿੱਤ ਗਈ ਵੀਰੇ ਲਾਈਵ ਆਪਾਂ ਕੱਟ ਕੇ ਚਲਾਉਣੇ ਆ ਰੈਸਰ ਤੇ ਚੈਨਿਆਲ ਦੇ ਪਟਾਕੇ ਦਿਖਾਵਾਂਗੇ ਲਾਈਵ ਕੱਟ ਕੇ ਚਲਾਉਣੇ ਆ ਵੀਰੇ ਮਰਧਾੜੀ